som Amsterdam! 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 Australia hans som Amsterdam! ਅੱਜ ਇਹ ਸ਼ਹਿਰਾਂ ਦੇ ਵਿੱਚ ਆਇਆ, ਵੱਡੀਆਂ ਫੋਰਸਾਂ ਲਾਈਆਂ ਇੱਥੇ, ਇਹ ਪਿੰਡਾਂ ਦੇ ਵਿੱਚ ਇਹ ਮਾਹੌਲ ਨਹੀਂ ਬਣ ਦਿਆਂਗੇ ਇਹਨਾਂ ਦਾ। ਇਹਨਾਂ ਦਾ ਚੁੱਲ੍ਹੇ ਤੇ ਵਿਰੋਧ ਆ ਇਹਨਾਂ ਦਾ, ਇਹ ਬੀਜੇਪੀ ਸਰਕਾਰ ਹੈ ਜਿਹੜੀ ਕਾਤਲਾਂ ਦੀ। ਇਹ ਲੋਕ ਮਾਰੂ ਨੀਤੀਆਂ ਲੈ ਕੇ, ਜਿੰਨੇ ਇੱਥੇ ਡਾਂਡੀਆਂ ਬਾਨੀਆਂ ਨੂੰ ਲੈ ਕੇ ਜਿਹੜੇ ਕਬਜ਼ੇ ਕਰਾ ਰਹੀ ਹੈ, ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ, ਸੜਕਾਂ ਦੇ ਵਿੱਚ ਕਿੱਲ ਕੱਢੇ ਹੈ, ਜਿਵੇਂ ਸੜਕਾਂ ਦੇ ਵਿੱਚ ਕੰਧਾਂ ਕੱਢੀਆਂ, ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜ ਦੇਵਾਂਗੇ। ਕੋਈ ਗੱਲ ਨਹੀਂ, ਇਹਨਾਂ ਨੂੰ ਪਿੰਡਾਂ ਦੇ ਵਿੱਚ ਝਾਕਣਾ ਕਰਨਾ, ਇਹ ਇਕੱਲੇ ਸ਼ਹਿਰਾਂ 'ਚੋਂ ਵੋਟਾਂ ਲੈ ਕੇ ਨਹੀਂ ਬਣ ਜਾਣਗੇ, ਇਹ ਜਿੱਥੇ ਵੀ ਮਰਜ਼ੀ ਵਾਲੇ ਦਾ ਵਿਰੋਧ ਠੋਕ ਕੇ ਕਰਾਂਗੇ, ਡਟ ਕੇ ਕਰਾਂਗੇ। ਦੁਸ਼ਮਣ ਹੈ ਉਹ ਇਹਨਾਂ ਦੇ ਨਾਂ ਰਲਿਆ, ਦੂਜਾ ਇਹਨਾਂ ਨੂੰ ਬੰਦਾ ਵੋਟ ਨਹੀਂ ਪਾਊਗਾ। ਤੁਸੀਂ ਵੋਟ ਭਾਲ ਦਿਓ, ਇਹਨਾਂ ਦੀਆਂ ਜਵਾਨਤਾਂ ਜ਼ਬਤ ਹੋਣੀਆਂ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਡੇਲੀ ਡੈਸਕ ਟੀਵੀ ਦੇ ਨਾਲ। ਭਾਰਤੀ ਜਨਤਾ ਪਾਰਟੀ ਤੋਂ ਫਰੀਦਕੋਟ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ। ਵਿਰੋਧ ਪ੍ਰਦਰਸ਼ਨ ਪਿਛਲੇ ਦਿਨੇ ਵੀ ਵੱਡਾ ਵਿਰੋਧ ਪ੍ਰਦਰਸ਼ਨ ਹੋਇਆ, ਬੀਜੇਪੀ ਦੇ ਜਿਹੜੇ ਉਮੀਦਵਾਰ ਉਹਨਾਂ ਦੇ, ਖਾਸ ਕਰਕੇ ਉਹਨਾਂ ਦੇ ਉਮੀਦਵਾਰਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ, ਜਿਨ੍ਹਾਂ ਵਿੱਚ ਹੰਸ ਰਾਜ ਹੰਸ ਅਤੇ ਪ੍ਰਨੀਤ ਕੌਰ ਮੁੱਖ ਚਿਹਰੇ ਮੰਨੇ ਜਾ ਰਹੇ ਨੇ। ਪਰ ਹੰਸ ਰਾਜ ਹੰਸ ਦਾ ਵਿਰੋਧ ਪ੍ਰਦਰਸ਼ਨ ਵੱਡੀ ਪੱਧਰ 'ਤੇ ਕੀਤਾ ਜਾ ਰਿਹਾ, ਇਸੇ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਇਲਾਕੇ ਦੇ ਵਿੱਚ ਇੱਥੇ ਜਿੱਥੇ ਹੰਸ ਰਾਜ ਹੰਸ ਨੇ ਆਉਣਾ, ਉੱਥੇ ਪੂਰੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦੀ ਦੇ ਨਾਲ ਕਿਸਾਨਾਂ ਨੂੰ ਰੋਕ ਕੇ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ, ਆਪਣੀ ਜਿਹੜਾ ਵਿਰੋਧ ਪ੍ਰਦਰਸ਼ਨ ਨਾਅਰੇ ਲਗਾ ਕੇ ਲਗਾਤਾਰ ਬੀਜੇਪੀ ਵਿਰੋਧੀ, ਹੰਸ ਰਾਜ ਹੰਸ ਦੇ ਵਿਰੋਧੀ ਨਾਅਰੇ ਲਗਾ ਕੇ ਲਗਾਤਾਰ ਆਪਣਾ ਵਿਰੋਧ ਪ੍ਰਦਰਸ਼ਨ ਜਿਤਾ ਰਹੇ ਨੇ। ਜਿੱਥੋਂ ਤੱਕ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਭਾਰੀ ਗਿਣਤੀ ਦੇ ਵਿੱਚ ਕਿਸਾਨਾਂ ਤੋਂ ਵੀ ਵੱਧ ਤੈਨਾਤ ਕੀਤਾ ਗਿਆ, ਕਿ ਜਿਹੜਾ ਕਿਸੇ ਜੇਕਰ ਗੱਲ ਕਰਾਂਗੇ ਕਿ ਕਿਸਾਨ ਇੱਕ ਦੂਸਰੇ ਦੋ ਲੇਅਰ ਬਣਾਈਆਂ ਗਈਆਂ ਇੱਧਰ ਦੂਸਰੇ ਪਾਸੇ ਕਿਸਾਨਾਂ ਨੂੰ ਰੋਕਣ ਦੇ ਲਈ, ਪੁਲਿਸ ਦੀ ਇੱਕ ਲੇਅਰ ਪਏ ਇੱਕ ਜਗ੍ਹਾ ਅਤੇ ਦੂਸਰੀ ਲੇਅਰ ਉਸ ਤੋਂ ਅੱਗੇ ਉਸ ਤੋਂ ਪਿੱਛੇ ਕਿਸਾਨ ਖੜ੍ਹੇ ਨਜ਼ਰ ਆਉਂਦੇ ਨੇ, ਇੱਕ ਆਮ ਲੋਕ ਨੇ। ਪਰ ਇਹਨਾਂ ਨੂੰ, ਆਮ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਖੁੱਲ ਦਿੱਤੀ ਗਈ ਹੈ, ਪਰ ਇਹ ਵੀ ਕੀਤਾ ਕਿਤੇ ਨਾ ਕਿਤੇ ਕਿ ਹੱਦਾਂ ਬੰਦੇ ਨਾ ਟੱਪੇ ਜਾਣ, ਜਿਸ ਕਰਕੇ ਕਿਸਾਨਾਂ ਨੂੰ ਰੋਕਣ ਦੀ ਵੀ ਪ੍ਰਸ਼ਾਸਨ ਵੱਲੋਂ ਵੱਡੀ ਕੋਸ਼ਿਸ਼ ਕੀਤੀ ਜਾ ਰਹੀ, ਅਤੇ ਕਿਸਾਨ ਦੂਸਰੇ ਪਾਸੇ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖ ਰਹੇ ਨੇ। ਕਿਸਾਨਾਂ ਵੱਲੋਂ ਬੀਜੇਪੀ ਦੇ ਉਮੀਦਵਾਰਾਂ ਦੀ ਲਗਾਤਾਰ ਵਿਰੋਧ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਆਪਣਾ ਚੋਣ ਪ੍ਰਚਾਰ ਕਰਨ ਪਹੁੰਚਿਆ ਅਤੇ ਦੂਸਰੇ ਪਾਸੇ ਕਿਸਾਨਾਂ ਦਾ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਰੋਸ ਪ੍ਰਦਰਸ਼ਨ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ। ਜੇਕਰ ਅਸੀਂ ਦੇਖੀਏ ਦੂਸਰੇ ਪਾਸੇ, ਹੰਸ ਰਾਜ ਹੰਸ ਆਪਣੀਆਂ ਗੱਡੀਆਂ ਦੇ ਆਪਣੇ ਕਾਫਲੇ ਦੇ ਨਾਲ ਪਹੁੰਚ ਗਏ ਆ ਅਤੇ ਹੰਸ ਰਾਜ ਹੰਸ ਦਾ ਦਿਖਾਉਂਦੇ ਹੋਏ ਦਿਖਾਈ ਦੇ ਰਹੇ ਨੇ। ਦੂਸਰੇ ਪਾਸੇ ਵਿਰੋਧ ਪ੍ਰਦਰਸ਼ਨ ਵੀ ਲਗਾਤਾਰ ਕੀਤਾ ਜਾ ਰਿਹਾ, ਹੰਸ ਰਾਜ ਹੰਸ ਆਪਣੇ ਕਾਫਲੇ ਦੇ ਨਾਲ ਪਹੁੰਚੇ ਨੇ। ਹੰਸ ਰਾਜ ਹੰਸ ਦਾ ਵਿਰੋਧ, ਭਾਰੀ ਨਾਅਰੇਬਾਜ਼ੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ, ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਵੱਲੋਂ ਰੋਕਿਆ ਜਾ ਰਿਹਾ ਕਿਸਾਨਾਂ ਵੱਲੋਂ। ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦਾ ਰੋਕਿਆ ਜਾ ਰਿਹਾ, ਦੂਸਰੇ ਪਾਸੇ ਆਪਾਂ ਜੇਕਰ ਗੱਲ ਕਰੀਏ ਕਿਸਾਨ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਨੇ। ਸਾਡਾ ਰੋਸ ਪ੍ਰਦਰਸ਼ਨ ਪੂਰਾ ਜੀ, ਬੀਜੇਪੀ ਦੀ ਸਰਕਾਰ ਦਾ
ਫੁੱਲ ਉਹਨਾਂ ਦਾ ਰੋਸ ਪ੍ਰਦਰਸ਼ਨ ਕਰਾਂਗੇ। ਅੱਜ ਇਹ ਸ਼ਹਿਰਾਂ ਦੇ ਵਿੱਚ ਆਇਆ, ਵੱਡੀਆਂ ਫੋਰਸਾਂ ਲਾਈਆਂ ਇੱਥੇ, ਇਹ ਪਿੰਡਾਂ ਦੇ ਵਿੱਚ ਇਹ ਮਾਹੌਲ ਨਹੀਂ ਬਣ ਦਿਆਂਗੇ ਇਹਨਾਂ ਦਾ। ਇਹਨਾਂ ਦਾ ਚੁੱਲ੍ਹੇ ਚੁੱਲ੍ਹੇ ਤੇ ਵਿਰੋਧ ਆ, ਇਹਨਾਂ ਦਾ ਬੀਜੇਪੀ ਸਰਕਾਰ ਹੈ ਜਿਹੜੀ ਕਾਤਲਾਂ ਦੀ। ਇਹ ਲੋਕ ਮਾਰੂ ਨੀਤੀਆਂ ਲੈ ਕੇ, ਜਿੰਨੇ ਇੱਥੇ ਡਾਂਡੀਆਂ ਬਾਂਡੀਆਂ ਨੂੰ ਲੈ ਕੇ ਜਿਹੜੇ ਕਬਜ਼ੇ ਕਰਾ ਰਹੀ ਹੈ, ਸਾਡੇ ਜਿੰਨੇ ਏਅਰਪੋਰਟ ਹੈ, ਸਾਡੇ ਸਟੇਸ਼ਨ ਹੈ, ਸਰਕਾਰੀ ਅਦਾਰੇ, ਸਾਰੇ ਸਾਰੇ ਵੇਚਦੇ ਮੋਦੀ ਸਰਕਾਰ ਨੇ। ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ, ਸੜਕਾਂ ਦੇ ਵਿੱਚ ਕਿੱਲ ਕੱਢੇ ਹੈ, ਜਿਵੇਂ ਸੜਕਾਂ ਦੇ ਵਿੱਚ ਕੰਢਾ ਕੱਢੀਆਂ। ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜ ਦੇਵਾਂਗੇ। ਜੇ ਸਾਨੂੰ ਨਹੀਂ ਦਿੱਲੀ ਵੜ ਦਿੰਦੇ ਤੇ ਪਿੰਡਾਂ ਵਿੱਚ ਮੱਤ ਭੁੱਲ ਜਾਣਗੇ, ਪਿੰਡਾਂ 'ਚ ਆ ਜਾਣਗੇ। ਇਸ ਕਰਕੇ ਇਹ ਸਾਡਾ ਵਿਰੋਧ ਸਦਾ ਜਾਰੀ ਰਹੂਗਾ, ਜਿੱਥੇ ਆਉਣਗੇ ਅਸੀਂ ਡਟ ਕੇ ਵਿਰੋਧ ਕਰਾਂਗੇ ਸਰਕਾਰ ਦਾ। ਆਪਾਂ ਇੱਧਰ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ, ਇਹਦੇ 'ਤੇ ਕੀ ਕਹਿਣਾ? ਕੋਈ ਗੱਲ ਨਹੀਂ, ਸੁਰੱਖਿਆ ਪ੍ਰਬੰਧ ਕੀਤੀ ਹੈ, ਲੱਗਦਾ ਸਾਨੂੰ ਵੀ ਅਸੀਂ ਵੀ ਜਾਪ ਚੱਲੀਆਂ ਜਥੇਬੰਦੀਆਂ, ਅਸੀਂ ਵਿਰੋਧ ਕਰਨਾ ਆਪਦਾ, ਡਟ ਕੇ ਵਿਰੋਧ ਕਰਾਂਗੇ। ਪਰ ਕੋਈ ਗੱਲ ਨਹੀਂ, ਇਹਨਾਂ ਨੂੰ ਪਿੰਡਾਂ ਦੇ ਵਿੱਚ ਝਾਕਣਾ ਕਰਨਾ, ਇਹ ਇਕੱਲੇ ਸ਼ਹਿਰਾਂ 'ਚੋਂ ਵੋਟਾਂ ਲੈ ਕੇ ਨਹੀਂ ਬਣ ਜਾਣਗੇ। ਇਹ ਜਿੱਥੇ ਵੀ ਮਰਜ਼ੀ ਵਾਲੇ ਦਾ ਵਿਰੋਧ ਠੋਕ ਕੇ ਕਰਾਂਗੇ, ਡਟ ਕੇ ਕਰਾਂਗੇ ਜਿੰਨਾ ਚਿਰ। ਇਹ ਕਿਸਾਨ ਕੀ ਸਾਰਾ ਜਿੰਨਾਂ ਦਾ ਤਬਕਾ ਇੱਥੋਂ ਦਾ, ਠੀਕ ਹੈ, ਇਹ ਗੱਡੀਆਂ ਲੈ ਕੇ ਆ ਗਿਆ, ਕੁਛ ਇਹਨਾਂ ਦੇ ਨਾਲ ਦੇ ਹੋਣੇ ਹੈ ਜਿਹੜੇ ਲੋਕਾਂ ਦੇ ਵਿਰੋਧੀ ਹੈ, ਜਿਹੜੇ ਲੋਕਾਂ ਦੇ ਦੁਸ਼ਮਣ ਹੈ, ਉਹ ਇਹਨਾਂ ਦੇ ਨਾਲ ਰਲਿਆ। ਦੂਜਾ ਇਹਨਾਂ ਨੂੰ ਬੰਦਾ ਵੋਟ ਨਹੀਂ ਪਾਊਗਾ, ਤੁਸੀਂ ਵੋਟ ਭਾਲ ਦਿਓ, ਇਹਨਾਂ ਦੀਆਂ ਜਵਾਨਤਾਂ ਜ਼ਬਤ ਹੋਣੀ ਹੈ। ਪਿੰਡਾਂ 'ਚੋਂ ਵੀ ਲੋਕ ਇਹਨਾਂ ਨੂੰ ਨਾਲ ਰਲ ਰਹੇ ਆ, ਉਹਨਾਂ ਬਾਰੇ ਕੀ? ਕੋਈ ਨਹੀਂ ਰਲਿਆ ਜੀ, ਜਿਹੜੇ ਲੋਕ ਹੈ, ਜਿਹੜੇ ਜਾਗਦੀਆਂ ਜ਼ਮੀਨ ਵਾਲੇ ਆ, ਉਹ ਸਭ ਜਾਣਦੇ ਆ, ਕੋਈ ਨਹੀਂ ਰਲਿਆ। ਭਾੜੇ ਦੇ ਟੱਟੂ ਇਹਨਾਂ ਨਾਲ, ਜਿਹੜੇ ਆਪਦੀਆਂ ਲਾਲਚਾਂ ਦੀ ਖਾਤਰ, ਪੈਸੇ ਦੀ ਖਾਤਰ ਫਿਰਦੇ ਇਹਨਾਂ ਦੇ ਨਾਲ। ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ, ਪ੍ਰਦਰਸ਼ਨ ਦੇ ਦੌਰਾਨ ਕਿਸਾਨ ਆਪਣਾ ਗੁੱਸਾ ਜ਼ਾਹਰ ਕਰ ਰਹੇ ਆ, ਗੁੱਸੇ ਦੇ ਵਿੱਚ ਕਿਸਾਨ ਨਜ਼ਰ ਆ ਰਹੇ ਆ। ਪਰ ਹੰਸਰਾਜ ਹੰਸ ਆਪਣੇ ਪ੍ਰੋਗਰਾਮ 'ਤੇ ਪਹੁੰਚ ਗਿਆ, ਪਰ ਕਿਸਾਨ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ। ਜੇ ਤੁਸੀਂ ਜੁੜੇ ਰਹੋ ਡੇਲੀ ਡੈਸਕ ਟੀਵੀ ਦੇ ਨਾਲ।